ਪੰਜਾਬ ਸਰਕਾਰ ਜਾਂ ਚੋਣ ਮੈਨੀਫੈਸਟੋ ਨੂੰ ਲੈ ਕੇ ਜੇਕਰ ਕੋਈ ਗੱਲ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਠ ਕੇ ਗੱਲ ਕਰਨ। ਨਾਲ ਹੀ ਚੰਡੀਗੜ੍ਹ 'ਚ ਸਾਂਸਦਾਂ ਦੀ ਰੱਖੀ ਗਈ ਮੀਟਿੰਗ 'ਚ ਸਾਂਸਦਾਂ ਦੇ ਨਾ ਪਹੁੰਚਣ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਇਹ ਮੀਟਿੰਗ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਸਾਰੇ ਸਾਂਸਦਾਂ ਨੇ ਰੱਖੀ ਸੀ ਤੇ ਜੇਕਰ ਇਸ ਮੀਟਿੰਗ 'ਚ ਸਾਂਸਦ ਨਹੀਂ ਆਏ ਤਾਂ ਉਹਨਾਂ ਨੂੰ ਅਪੀਲ ਹੈ ਕਿ ਉਹ ਅਗਲੀ ਮੀਟਿੰਗ 'ਚ ਜ਼ਰੂਰ ਆਉਣ। ਰੰਧਾਵਾ ਸਾਹਿਬ ਨੇ ਰਾਜਨੀਤੀ ਵਰਗੇ ਚਿੱਕੜ 'ਚ ਰਹਿ ਕੇ ਵੀ ਕਮਲ ਵਾਂਗੂ ਖਿਲ ਕੇ ਆਦਰਸ਼ ਜਿਹੜੇ ਉਹਨਾਂ ਦੇ ਸੀ, ਜਿਹੜੇ ਸਿਧਾਂਤਾਂ 'ਤੇ ਲੜੇ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅੱਜ ਉਹਨਾਂ ਦੇ ਬੇਟੇ ਸੁਖਜਿੰਦਰ ਰੰਧਾਵਾ ਜੀ ਉਸੇ ਮਾਰਗ 'ਤੇ ਚੱਲ ਕੇ ਸੱਚਾਈ ਦੀ, ਇਮਾਨਦਾਰੀ ਦੀ ਅਤੇ ਸਰਬੱਤ ਦੇ ਭਲੇ ਦੀ ਲੜਾਈ ਲੜ ਰਹੇ। ਇਸ ਕਰਕੇ ਅੱਜ ਉਹਨਾਂ ਦੇ ਉਸ ਮਾਰਗ ਜਿਹੜਾ ਉਹਨਾਂ ਨੂੰ ਦਰਸਾਇਆ ਸੀ ਉਹ ਇੱਥੇ ਸ਼ਰਧਾਂਜਲੀ ਦੇਣ ਆਈ। ਪ੍ਰਤਾਪ ਬਾਜਵਾ ਦੀ ਗੱਲ ਕੀਤੀ, ਮੈਂ ਕੱਲ੍ਹ ਵੀ ਆਈ ਅਰਜ਼ ਕੀਤੀ ਸੀ ਵੀ ਬਾਜਵਾ ਸਾਹਿਬ ਨੂੰ ਆਪ ਪ੍ਰਧਾਨ ਰਹੇ ਹੈ ਅਤੇ ਉਹ ਕਿਸੇ ਟਾਈਮ ਵੀ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਅਗਰ ਉਹਨਾਂ ਦੇ ਕੋਈ ਖਦਸ਼ੇ ਹੈ, ਕੋਈ ਚਿੰਤਾ ਹੈ ਪਾਰਟੀ ਦੇ ਮੈਨੀਫੈਸਟੋ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਜਾ ਕੇ ਬੈਠ ਕੇ ਗੱਲ ਕਰ ਲੈਣ ਤਾਂ ਬਿਹਤਰ ਰਹੂਗਾ। ਜ਼ਿੰਦਗੀ ਬੰਦਾ ਐਸੀ ਬਣਾਵੇ ਕਿ ਜਾਣ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹੇ। ਇਹ ਕਰਮਾਂ ਨਾਲ ਹੋ ਸਕਦਾ, ਇਹ ਸੋਚ ਨਾਲ ਹੋ ਸਕਦਾ, ਇਹ ਵਿਚਾਰਧਾਰਾ ਨਾਲ ਹੋ ਸਕਦਾ, ਔਰ ਸਭ ਤੋਂ ਵੱਡੀ ਗੱਲ ਇਹ ਧਰਮ ਨਾਲ ਹੋ ਸਕਦਾ। ਧਰਮ ਭੁੱਖਿਆਂ ਨੂੰ ਰਜਾਉਂਦਾ, ਰੋਂਦਿਆਂ ਨੂੰ ਹਸਾਉਂਦਾ, ਸਮਾਜ ਦੀ ਰਾਹ ਦੇ ਹਰ ਰੋੜੇ ਨੂੰ ਹਟਾਉਂਦਾ, ਉੱਜੜਿਆਂ ਨੂੰ ਵਸਾਉਂਦਾ, ਤਾਂ ਜਾ ਕੇ ਕੋਈ ਦਿਲਾਂ ਦੇ ਉੱਤੇ ਰਾਜ ਕਰਦਾ। ਦੇਖੋ ਜਿਹੜੀ ਕੈਬਨਿਟ ਦੀ ਗੱਲ ਹੁੰਦੀ ਹੈ, ਅਸੀਂ ਸੌਂ ਚੁੱਕੀ ਹੁੰਦੀ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।